ਪੁਲਿਸਾਂ ਤੇ ਮੁਲਜ਼ਮ ਵਿਚਕਾਰ ਚੱਲੀਆਂ ਗੋਲੀਆਂ, ਪੁਲਿਸ ਦੀ ਚਲਾਈ ਗੋਲੀ ਮੁਲਜ਼ਮ ਦੀ ਲੱਤ ਚੋਂ ਲੱਗੀ, ਮੁਲਜ਼ਮ ਹੋਇਆ ਗੰਭੀਰ ਜ਼ਖਮੀ, ਜ਼ਖਮੀ ਨੂੰ ਕਰਵਾਇਆ ਗਿਆ ਹਸਪਤਾਲ ਵਿੱਚ ਭਰਤੀ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ SSP ਮੋਗਾ ਅਜੇ ਗਾਂਧੀ ਨੇ ਦੱਸਿਆ ਕਿ ਮੋਗਾ ਦੇ ਰਹਿਣ ਵਾਲੇ ਸੁਨੀਲ ਕੁਮਾਰ ਬਾਬਾ, ਜਿਸ ਦੇ ਖਿਲਾਫ ਪਹਿਲਾਂ ਵੀ 17 ਕੇਸ ਦਰਜ ਹਨ, ਨੇ ਦੋ ਭਰਾਵਾਂ ਤੇ ਪਿੰਡ ਮੋਹੇ ਚੋਂ ਹਮਲਾ ਕੀਤਾ ਸੀ ਅਤੇ ਫਿਰ ਉਹ ਕੱਲ ਇੱਥੋਂ ਫਰਾਰ ਹੋ ਗਿਆ ਸੀ, ਜਿਸ ਨੂੰ ਮੋਗਾ ਪੁਲਿਸ ਨੇ ਦੇਹਰਾਦੂਨ ਚੋਂ ਗ੍ਰਿਫਤਾਰ ਕਰ ਲਿਆ, ਜਿਸ ਦੀ ਸੂਚਨਾ ਤੇ ਉਹ ਅੱਜ MP ਬਸਤੀ ਵਿਖੇ ਆਇਆ ਸੀ ਅਤੇ ਉਸ ਨੇ ਪੁਲਿਸ ਦੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਸੁਨੀਲ ਨੂੰ ਗੋਲੀ ਮਾਰ ਦਿੱਤੀ। ਸੁਨੀਲ ਕੁਮਾਰ ਦੀ ਲੱਤ ਤੇ ਗੋਲੀ ਲੱਗੀ ਹੈ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਵਿਸ਼ੇਸ਼ ਰਿਪੋਰਟ, ਬਿੱਟੂ ਪੁਰਬਾ, ਮੋਗਾ। ਅੱਜ ਅਕਿਊਜ਼ਡ ਸੁਨੀਲ ਕੁਮਾਰ ਉਰਫ ਬਾਬਾ, ਜੋ ਮੋਗੇ ਦਾ ਹੀ ਰਹਿਣ ਵਾਲਾ ਹੈ, 242 ਨੰਬਰ FIR ਦੇ ਵਿੱਚ ਅਕਿਊਜ਼ਡ ਸੀ। ਅਟੈਂਪਟ ਟੂ ਮਰਡਰ ਅਤੇ ਆਮ ਐਕਟ ਦੀ FIR ਸੀ। ਇਹਦੇ ਵਿੱਚ ਇਹਨੇ ਦੋ ਭਰਾਵਾਂ ਨੂੰ ਗੋਲੀਆਂ ਨਾਲ ਜ਼ਖਮੀ ਕਰਕੇ ਆ ਫਰਾਰ ਹੋ ਗਿਆ ਸੀ। ਇਹਨੂੰ ਕੱਲ੍ਹ ਪੁਲਿਸ ਟੀਮ ਉੱਤਰਾਖੰਡ ਦੇ ਦੇਹਰਾਦੂਨ ਤੋਂ ਅਰੈਸਟ ਕਰਕੇ ਇੱਥੇ ਲੈ ਕੇ ਆਈ ਸੀ। ਅੱਜ ਇਹਨੇ ਪੁੱਛਗਿੱਛ ਦੇ ਦੌਰਾਨ ਮੋਰਨਿੰਗ ਦੱਸਿਆ ਕਿ ਇਹਨੇ ਵੈਪਨ ਕਿਤੇ ਹੀ ਲੁਕੋ ਕੇ ਰੱਖੇ ਹੈ। ਉਹ ਰਿਕਵਰੀ ਕਰਾਉਣ ਲਈ ਜਦੋਂ ਪੁਲਿਸ ਟੀਮ ਇਹਨੂੰ ਇੱਥੇ ਲੈ ਕੇ ਆਈ, ਇਹਨੇ ਜਿਹੜੇ ਆਪਣੇ ਵੈਪਨ ਸੀ ਕੰਸੀਲ ਕੀਤੇ ਹੋਏ ਉਹ ਕੱਢ ਕੇ ਪੁਲਿਸ ਟੀਮ ਵੱਲ ਫਾਇਰਿੰਗ ਕਰਕੇ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ। ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਟੀਮ ਵੱਲੋਂ ਵੀ ਰਿਟੈਲੀਏਟਰੀ ਫਾਇਰ ਹੋਏ ਹੈ। ਉਹਦੇ ਵਿੱਚ ਇਹਦੀ ਖੱਬੀ ਬਾਂਹ ਅਤੇ ਇਹਦੀ ਖੱਬੀ ਲੱਤ 'ਤੇ ਇੱਕ ਫਾਇਰ ਵੱਜਿਆ ਹੈ ਅਤੇ ਇੰਜਰਡ ਹੈ, ਇਹਨੂੰ ਹੋਸਪਿਟਲ ਐਡਮਿਟ ਕਰਾਇਆ। ਹੀ ਇਜ਼ ਆਊਟ ਆਫ ਡੇਂਜਰ ਨਾਓ ਅਤੇ ਪੁਲਿਸ ਮੁਲਾਜ਼ਮਾਂ ਦਾ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਅਤੇ ਬਾਕੀ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਚੱਲ ਰਹੀ ਹੈ। ਰਿਕਵਰੀ ਕੀ ਸਰ? ਇਹ ਤੋਂ 2 ਵੈਪਨ ਰਿਕਵਰ ਹੋਏ ਨੇ ਅਤੇ ਲਾਈਵ ਰਾਊਂਡਸ ਵੀ ਇਹ ਤੋਂ ਰਿਕਵਰ ਹੋਏ ਨੇ। ਇਕੱਲਾ ਹੀ ਸੀਗਾ ਜੀ ਇੱਥੇ? ਇੱਥੇ ਇਕੱਲਾ ਹੀ ਸੀ, ਪੁਲਿਸ ਪਾਰਟੀਆਂ ਤੋਂ ਵੈਪਨ ਰਿਕਵਰ ਕਰਾਉਣ ਲੈ ਕੇ ਆਏ ਸੀ ਅਤੇ ਇਹਦੇ ਟੋਟਲ 17 FIR ਪਹਿਲਾਂ ਦੀ ਰਜਿਸਟਰਡ ਹੈ, NDPS ਐਕਟ ਦੀ, ਆਮ ਐਕਟ ਦੀ, ਅਟੈਂਪਟ ਟੂ ਮਰਡਰ ਦੀ, ਲੜਾਈ ਝਗੜੇ ਦੀ ਹੈ ਅਤੇ 17 FIR ਪਹਿਲਾਂ ਤੋਂ ਦਰਜ ਹੈਗੀ ਹੈ। ਕਿਸੇ ਗੈਂਗ ਨਾਲ ਸੰਬੰਧਿਤ ਹੈ ਜੀ? ਉਹ ਸਾਰਾ ਅਸੀਂ ਵੈਰੀਫਾਈ ਕਰ ਰਹੇ ਹਾਂ। ਕਿੰਨੇ ਫਾਇਰ ਹੋਏ ਜੀ ਟੋਟਲ? 2 ਫਾਇਰ ਇਹਦੇ ਵੱਲੋਂ ਕੀਤੇ ਗਏ ਸੀ, 2 ਫਾਇਰ ਪੁਲਿਸ ਟੀਮ ਵੱਲੋਂ ਕੀਤੇ ਗਏ ਸੀ। ਬਹਾਦਰੀ ਦੇ ਨਾਲ ਉਹਦਾ ਮੁਕਾਬਲਾ ਕੀਤਾ ਤੇ ਇਹਨੂੰ ਭੱਜਣ ਚ ਕਾਮਯਾਬ ਨਹੀਂ ਹੋਣ ਦਿੱਤਾ। ਇਹ ਕਿਹੜੇ ਥਾਣੇ ਦੀ ਟੀਮ?